पर एक वड्डी जड़ी खबर है अदर दैन किसानी, क्योंकि साढ़े पंजाब दे नाल जड़ी है संबंधित है जी। गुरदासपुर जड़ा है कितना ना कितना निशाना बनया हो पाकिस्तान का, गल करनी लाजमी है भावें ध्यान हटाने वाली हो कुछ भी है, पर कितना कितने बरामदगी जड़ी हुई है। तीन चार दिन पहला पाकिस्तान के वलों जड़े है ड्रोन भेजे गए, कल फिर मुड़ तो जड़ा ड्रोन भेजा गया, 68 राउंड्स जड़े आ फायर किए गए, 68 राउंड फायर किए गए, तो जाके जड़े वो ड्रोन है पाकिस्तान वाले पासे वापस। पर 20 तरीक नूं जड़े ड्रोन आए सीगे उन्होंने अपने गुरदासपुर वाले पासे दे इलाके दे विच खेतां दे विच कुछ बॉक्स नुमा जड़ा है कोई चीज़ सुट्टी, बाद दे विच जदों सर्च अभियान चलाया गया तो 11 ग्रेनेड उन्दे चों मिले ते होर हथियार भी मिले, तो जे जड़े ये जड़े ड्रोनस ने यह रिकवर भी हुए। तुसीं देखो लगातार कोशिशां हो रही हैं पर इन्हां कोशिशां तो सानूं सचेत रहने की लोड़ है, वड्डी गल है। बिल्कुल सुचेत रहने की लोड़ है क्योंकि ना जी सारा ध्यान आ जिहड़ा हुण उह किसानी संघर्ष वल लग्या होया, सो किते ना किते जाके जिहड़ियां इह ताकतां ने इह भी एक्टिव इन्हां टाइमां दे उत्ते हुंदियां ने, क्योंकि पता कि इस टाइम जिहड़ा ध्यान आ जी उह सारिआं दा उधर लग्या होया कई वार अवेसले, सो जिहड़ियां इह ताकतां ने हो जांदियां इन्हां दे चीज़ां दे उत्ते भी ध्यान रखण दी नाल दी नाल जरूरत है। देखो एक पासे चाइना दे नाल कुछ ना कुछ होया रहिंदा और दूजे पासे जे आपां गल करदे आ कि पाकिस्तान दे नाल कुछ ना कुछ होया रहिंदा, सो आ ड्रोन नाल ही गल आ जिहड़ी, क्योंकि टैक्नोलॉजी आ जिहड़ी जी उह बड़ी डिफरेंट टाइप की हो गई है। हुण कित्थे पहलां किस हिसाब दे नाल अगर किसी ने आना तो बॉर्डर आप टप्पना, पर हुण जिहड़े ड्रोनस ने उन्हां दी जिहड़ी वरतों आ इन्हां चीज़ां दे विच होण लग गई आ, उह नाल दी नाल अलर्ट। हुण देखो एक गल तां हुण इह आ कि हुण एक पासे दा तुसीं किसानां नूं सड़कां दे उत्ते रोल रहे हो और दूजे पासे उही किसानां ਦੇ ਪੁੱਤ ਤੁਹਾਡੇ ਬਾਰਡਰਾਂ ਦੀਆਂ ਜਿਹੜੀਆਂ ਰਾਖੀਆਂ ਨੇ ਉਹ ਕਰ ਰਹੇ ਨੇ ਉੱਥੇ ਬੈਠੇ। ਸੋ ਇਹ ਗੌਰਮੈਂਟਾਂ ਨੂੰ ਹੁਣ ਸਮਝਣ ਦੀ ਜ਼ਰੂਰਤ ਆ ਕਿ ਜੇ ਅਗਰ ਤੁਹਾਡੇ ਬਾਰਡਰ ਹੀ ਸੁਰੱਖਿਅਤ ਨਾ ਹੋਣ ਜਿਹੜੇ ਉਹ ਕਿਸਾਨਾਂ ਦੇ ਪੁੱਤ ਉੱਥੇ ਬੈਠੇ ਨੇ, ਕੱਲ ਨੂੰ ਉਹੀ ਨਾ ਤੁਹਾਡੀ ਸੁਰੱਖਿਆ ਕਰਨ ਤਾਂ ਤੁਸੀਂ ਕੀ ਆਪਣੇ ਮਹਿਲਾਂ ਦੇ ਵਿੱਚ ਸੌ ਲਓਗੇ? ਬਿਲਕੁਲ, ਜਿਹੜਾ ਤੁਹਾਨੂੰ ਅੱਜ ਉੱਥੇ ਬੈਠ ਕੇ ਇਹ ਲੱਗਦਾ ਹੈ ਕਿ ਭਾਰਤ ਮਹਿਫੂਜ਼ ਹੈ, ਮਹਿਫੂਜ਼ ਉਹਨਾਂ ਦੇ ਕਰਕੇ ਆ, ਉਹ ਲੋਕ ਜਿਹੜੇ ਪਸੀਨਾ ਬਹਾ ਰਹੇ ਨੇ, ਉਹ ਲੋਕ ਜਿਹੜੇ ਇਹਨਾਂ ਠੰਡਾਂ ਦੇ ਵਿੱਚ ਸੜਕਾਂ 'ਤੇ ਬੈਠੇ ਰਾਤਾਂ ਗੁਜ਼ਾਰ ਰਹੇ ਨੇ, ਇਹ ਉਹਨਾਂ ਦੇ ਬੱਚੇ ਨੇ ਜਿਹੜੇ ਉੱਥੇ ਬੈਠੇ ਨੇ, ਅਤੇ ਉਹਨਾਂ ਕਰਕੇ ਅੱਜ ਭਾਰਤ ਜਿਹੜਾ ਮਹਿਫੂਜ਼ ਹੈ। ਇਹ ਵੀ ਨਹੀਂ ਕਿਹਾ ਗਿਆ ਸੀਗਾ ਜੈ ਕਿਸਾਨ ਜੈ ਜਵਾਨ, ਅਤੇ ਜਿਹੜੇ ਇਹ ਜਵਾਨ ਨੇ ਕਿਸਾਨਾਂ ਦੇ ਤਾਂ ਪੁੱਤ ਨੇ, ਅਤੇ ਅਸੀਂ ਵਾਰ ਵਾਰ ਕਿਉਂ ਭੁੱਲ ਜਾਂਦੇ ਹਾਂ? ਬਿਲਕੁਲ ਰਾਈਟ ਨਾਓ ਜਿਹੜੇ ਨਾਅਰੇ ਲੱਗ ਰਹੇ ਨੇ ਜੀ ਉਹ ਵੀ ਇਹੀ ਲੱਗ ਰਹੇ ਨੇ ਉੱਥੇ। ਹੁਣ ਜਿੰਨੀਆਂ ਤਾਂ ਆਪਾਂ ਵੀਡੀਓਜ਼ ਦੇਖਦੇ ਹਾਂ ਜਾਂ ਆਪਾਂ ਉੱਥੇ ਜਾ ਕੇ ਤੁਸੀਂ ਉੱਥੇ ਪਰਸਨਲੀ ਜਾਂਦੇ ਹੋ ਤਾਂ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਹੁਣ ਵੀ ਲੱਗਦੇ ਨੇ। ਜਵਾਨ ਉਹਨਾਂ ਨੇ ਫਿਲਮ, ਕਿਉਂਕਿ ਪਤਾ ਕਿ ਉਹੀ ਦੇਖੋ ਸਾਡੇ ਹੀ ਭਰਾ ਨੇ, ਸਾਡੇ ਹੀ ਜਿਹੜੇ ਪੁੱਤ ਨੇ ਉਹ ਕਿਤੇ ਨਾ ਕਿਤੇ ਬੈਠੇ ਨੇ, ਉਹੀ ਤੁਹਾਡੀ ਰੱਖਿਆ ਕਰ ਰਹੇ ਨੇ, ਔਰ ਤੁਸੀਂ ਉਹਨਾਂ ਦੇ ਜਿਹੜੇ ਮਾਂ ਬਾਪ ਨੇ ਤੁਸੀਂ ਉਹਨਾਂ ਨੂੰ ਸੜਕਾਂ ਦੇ ਉੱਤੇ ਰੋਲ ਰਹੇ ਹੋ। ਇਹਨਾਂ ਲੋਕਾਂ ਨੂੰ ਇਸ ਚੀਜ਼ ਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿ ਕਿਸ ਹਿਸਾਬ ਦੇ ਨਾਲ ਤੁਸੀਂ ਹੁਣ ਅੱਗੇ ਚੱਲੋਗੇ। ਹੁਣ ਤਾਂ ਤੁਹਾਡਾ ਫਿਰ ਇਹਦੇ ਅਕੋਰਡਿੰਗ ਤਾਂ ਮਤਲਬ ਹਾਰਡ ਆ ਜੀ ਇਹ ਗੱਲਾਂ ਬਾਤਾਂ, ਹੁਣ ਮੇਰੇ ਕੋਲ ਵਰਡਸ ਹੀ ਨਹੀਂ ਹੈਗੇ ਕਿ ਕੀ ਮੈਂ ਇੱਥੇ ਕਹਾਂ ਕਿ ਜਿਹੜੇ ਲੋਕ ਤੁਹਾਡੇ ਮਾਂ ਬਾਪ ਨੇ, ਤੁਹਾਡੇ ਭੈਣ ਭਾਈ ਨੇ, ਤੁਹਾਡੇ ਆਮ ਜਿਹੜੇ ਉਹ ਨੇ, ਉਹ ਸੜਕਾਂ ਦੇ ਉੱਤੇ ਕਿਸ ਤਰ੍ਹਾਂ ਦੇ ਰੁਲਦੇ ਨੇ, ਜਿਵੇਂ ਤੁਸੀਂ ਗੱਲ ਚਿੱਠੀਆਂ ਦੇ ਨਾਲ ਨਾ ਜਿਹੜੇ ਮਨ ਨੇ ਉਹ ਪਸੀਜੇ ਨਹੀਂ ਜਾਂਦੇ ਹੁੰਦੇ, ਜਿਹਦਾ ਮਨ ਪਸੀਜਿਆ ਜਾਂਦਾ ਨਾ ਉਹ ਤਾਂ ਇੱਕ ਮਾੜੀ ਜਿਹੀ ਚੀਜ਼ ਦੇਖ ਕੇ ਉਹਨੂੰ ਪਤਾ ਲੱਗ ਜਾਂਦਾ ਕਿ ਜੀ ਮੈਂ ਆਹ ਕੰਮ ਨਹੀਂ ਕਰ ਸਕਦਾ। ਪਰ ਇਹ ਲੋਕ ਨੇ ਨਾ ਜਿਹੜੇ ਇਹਨਾਂ ਨੇ ਨਹੀਂ, ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਆ ਕਿ ਕਿੰਨਾ ਕੁਛ ਹੁਣ ਤੱਕ ਮੁਲਕ ਦੇ ਵਿੱਚ ਹੋ ਚੁੱਕਿਆ, ਸੋ ਇਹਨਾਂ ਲੋਕਾਂ ਨੂੰ ਤਾਂ ਉਹ ਲਾਸ਼ਾਂ ਜਾਂ ਜਿਹੜਾ ਇੰਨਾ ਕੁਛ ਹੋਇਆ ਉਹਦੇ ਤੋਂ ਇਹਨਾਂ ਦੇ ਮਨ ਨਹੀਂ ਪਿਘਲੇ ਹੈਗੇ। ਸੋ ਅਸੀਂ ਕੀ ਸੋਚਦੇ ਹਾਂ ਕਿ ਮਾੜੀਆਂ ਮੋਟੀਆਂ ਗੱਲਾਂ ਦੇ ਨਾਲ ਇਹਨਾਂ ਦੇ ਮਨ ਪਿਘਲਣਗੇ? ਨਹੀਂ ਜੀ। ਪਰ ਬਾਕੀ ਪਰਮਾਤਮਾ ਦੇ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਜੋ ਸੰਘਰਸ਼ ਜੋ ਮੂਵਮੈਂਟ ਲੈ ਕੇ ਸਾਡੇ ਦੋਸਤ ਮਿੱਤਰ ਸਾਡੇ ਮਾਂ ਬਾਪ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਜਿਹੜੀਆਂ ਉੱਤੇ ਬੈਠੀਆਂ ਨੇ, ਸੋ ਉਸ ਨੂੰ ਬੂਰ ਪਵੇ ਔਰ ਪੋਜ਼ਿਟਿਵ ਜਿਹੜੇ ਰਿਜ਼ਲਟਸ ਨੇ ਉਹ ਨਿਕਲਣ, ਔਰ ਜਿਹੜੇ ਕਾਨੂੰਨ ਨੇ ਜਿਸ ਦੇ ਲਈ ਇਹ ਉੱਥੇ ਬੈਠੇ ਨੇ ਉਹ ਰੱਦ ਹੋ ਕੇ ਵਾਪਸ ਆਪਣੇ ਘਰਾਂ ਨੂੰ ਖੁਸ਼ੀ ਖੁਸ਼ੀ ਮੁੜਨ।